वाहे
ਤੀਜੇ ਪਾਤਸ਼ਾਹ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਬਚਨ ਨੇ ਆਹੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕਉ ਨਦਰ ਕਰਮ ਹੋ ਗਏ ਹਿਰਦੈ ਤਿਨਾ ਸਮਾਣੀ
ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਬਾਣੀ ਤਹਿ ਨਾਨਕ ਸਦਾ ਗਾਵੋ, ਇਹ ਸੱਚੀ ਬਾਣੀ। ਅੱਜ ਅਸੀਂ ਸਾਰੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਰਹਿੰਦੀਆਂ ਨੇ ਨਾ, ਬੜੇ ਹੀ ਪਿਆਰ ਦੇ ਨਾਲ ਭਾਵਨਾ ਦੇ ਨਾਲ, ਜੋ ਕਿ ਪਹਿਲਾ ਪ੍ਰਕਾਸ਼ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜੋ ਕਿ ਜਿਸ ਅਸਥਾਨ ਨੂੰ ਗੁਰੂ ਸਾਹਿਬ ਜੀ ਨੇ ਕਹਿ ਦਿੱਤਾ ਡਿੱਠੇ ਸੱਭੇ ਥਾਪ ਨਹੀਂ ਤੁਧ ਜਿਹੇ ਆ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ ਗਿਆ। ਅਤੇ ਜਦੋਂ ਧੰਨ ਧੰਨ ਬਾਬਾ ਬੁੱਢਾ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਅਤੇ ਪਹਿਲਾ ਹੁਕਮਨਾਮਾ ਆਓ ਬੜੇ ਪਿਆਰ ਦੇ ਨਾਲ ਭਾਵਨਾ ਦੇ ਨਾਲ ਪੜ੍ਹਨ ਦਾ ਯਤਨ ਕਰੀਏ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਆਓ ਕੋਈ ਵੀ ਰਸਨਾ ਜਿਹੜੀ ਹੈ ਨਾ ਉਹ ਵਾਂਝੀ ਨਾ ਰਹੇ, ਆਓ ਸਾਰੀ ਸੰਗਤ ਕਰੋ ਕਿਰਪਾ। ਸੰਤਾਂ ਕੇ ਕਾਰਜ ਆਪ ਖਲੋਇਆ, ਸੰਤਾਂ ਕੇ ਕਾਰਜ ਆਪ ਸਾਰੀ ਸੰਗਤ ਆ
ਆ
Thank you.
ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ
ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਕਾਰੇ ਅੱਜ ਪਹਿਲੇ ਪ੍ਰਕਾਸ਼ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜੁੜੇ ਹਾਂ ਅਤੇ ਇਹੀ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕਰੀਏ ਸੱਚੇ ਪਾਤਸ਼ਾਹ ਸਾਡੀ ਭਾਵਨਾ ਜਿਹੜੀ ਹੈ ਨਾ ਇਹ ਬਣ ਜਾਵੇ ਤੂੰ ਮੇਰਾ ਠਾਕੁਰ ਹਉ ਦਾਸ ਤੇਰਾ ਤੁਝ ਬਿਨ ਅਵਰ ਨਹੀਂ ਕੋ ਮੇਰਾ। ਗੁਰੂ ਗ੍ਰੰਥ ਸਾਹਿਬ ਜੀ ਤੇਰੇ ਤੋਂ ਬਗੈਰ ਮੇਰਾ ਹੋਰ ਦੁਨੀਆਂ ਦੇ ਵਿੱਚ ਕੋਈ ਨਹੀਂ। ਸਤਿਗੁਰੂ ਨੇ ਹੁਕਮ ਕੀਤਾ ਹੈ ਪਾਵਨ ਬਾਣੀ ਦੇ ਵਿੱਚ, ਜੇ ਸੁੱਖ ਦੇਹੇ ਤਾਂ ਤੁਝੈ ਅਰਾਧੀ, ਦੁੱਖ ਵੀ ਤੁਝੈ ਧਿਆਈ, ਜੇ ਭੁੱਖ ਦੇਹੇ ਤਾਂ ਇੱਕ ਹੀ ਰਾਜਾ, ਦੁੱਖ ਵਿੱਚ ਸੁਖ ਮਨਾਇਆ। ਗੁਰੂ ਕੀ ਸੰਗਤ, ਦੁੱਖ ਆਵੇ ਸੁੱਖ ਆਵੇ ਅਤੇ ਸਾਡੀ ਅਰਦਾਸ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਹੋਵੇ। ਜਾਂ ਭਉ ਮੁਸ਼ਕਲ ਅੱਤ ਬਣੈ ਧੋਈ ਹੋਏ ਨਾ, ਲਾਗੂ ਹੋਏ ਦੁਸ਼ਮਣਾਂ ਸਾਹ ਵੀ ਭੱਜ ਖੜੇ, ਸਭੋ ਭੱਜੇ ਆਸਰਾ ਚੁੱਕੈ ਸਭ ਅਸਰਾਓ, ਚਿੱਤ ਆਵੇ ਉਸ ਪਾਰ ਬ੍ਰਹਮ ਨੰਦੈ ਰਾਮੀ ਵਾਓ। ਕਿਉਂਕਿ ਜਿਸ ਮਨੁੱਖ ਨੂੰ ਡਿੱਗੇ ਹੋਏ ਨੂੰ ਇਸ ਦੁਨੀਆਂ ਦੇ ਵਿੱਚ ਕੋਈ ਗੱਲ ਦੇ ਨਾਲ ਨਹੀਂ ਨਾ ਲਾਉਂਦਾ, ਇਹ ਉਹ ਦਰ ਹੈ, ਇਹ ਗੁਰੂ ਨਾਨਕ ਦਾ ਘਰ ਐਸਾ ਹੈ। ਸਤਿਗੁਰੂ ਜੀ ਪਾਵਨ ਬਾਣੀ ਦੇ ਵਿੱਚ ਕਹਿੰਦੇ ਨੇ, ਜਿਸ ਪਾਪੀ ਕੋ ਮਿਲੇ ਨਾ ਢੋਈ, ਸਰਨ ਆਵੇ ਤਾਂ ਨਿਰਮਲ ਹੋਈ, ਜੋ ਸਰਨ ਆਵੇ ਤਿਸ ਕੰਠ ਲਾਵੇ, ਇਹੋ ਬਿਰਦ ਸੁਆਮੀ ਸੰਦਾ। ਤੇ ਆਓ ਕਈ ਸ਼ਬਦਾਂ ਦਾ ਆਪਸ ਨੂੰ ਸੰਤਾਂ ਨੇ ਹੁਕਮ ਕੀਤਾ ਸੀ ਪਰ ਉਹਨੇ ਨਹੀਂ ਸੁਣਾ ਸਕੇ, ਤੇ ਪਾਵਨ ਸ਼ਬਦ ਦੇ ਨਾਲ ਜੁੜਨਾ ਕਰੀਏ। ਸਤਿਗੁਰਾਂ ਦੇ ਚਰਨਾਂ 'ਚ ਅੱਜ ਕੀ ਅਰਦਾਸ ਕਰਨੀ ਹੈ ਕਿ ਮੇਰੇ ਸਾਹਿਬ ਤੂੰ ਮੈਂ ਮਾਨ ਨਿਮਾਣੀ, ਅਰਦਾਸ ਕਰੀ ਪ੍ਰਭ ਆਪਣੇ ਆਗੇ ਸੁਣ ਸੁਣ ਜੀਵਾਂ ਤੇਰੀ ਬਾਣੀ। ਕਿਉਂਕਿ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਤੇ ਪਾਵਨ ਸ਼ਬਦ ਦੇ ਨਾਲ ਜੁੜਨਾ ਕਰੀਏ ਜੀ, ਕਰ ਕਿਰਪਾ ਗੋਬਿੰਦ ਪ੍ਰੀਤਮ ਦੀਨਾ ਨਾਥ, ਸੁਣੋ ਅਰਦਾਸ। ਤੇ ਇਹੀ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀਏ ਕਿ ਸਾਨੂੰ ਅੰਮ੍ਰਿਤ ਵੇਲੇ ਦੀ ਦਾਤ, ਪੰਜਾਂ ਬਾਣੀਆਂ ਦੀ ਦਾਤ ਸਤਿਗੁਰੂ ਜੀ ਸਾਡੀ ਝੋਲੀ ਦੇ ਵਿੱਚ ਪਾ ਦਿਓ। ਆਓ ਸਾਰੀ ਸੰਗਤ ਕਰੋ ਕਿਰਪਾ। ਦੀਨਾ ਨਾਥ ਸੁਣੋ, ਦੀਨਾ ਨਾਥ ਸੁਣੋ ਅਰਦਾਸ, ਦੀਨਾ ਨਾਥ ਦੀਨਾ
ਸੁਣੋ ਅਰਦਾਸ
ਸੁਣ ਸੁਣ ਜੀਵਾਂ ਤੇਰੀ ਬਾਣੀ ਸਤਿਗੁਰੂ ਜੀ ਪਾਵਨ।